ਇਹ ਨਹੀਂ ਹੈ ਕਿ ਅਸੀਂ ਇੱਕੋ ਦਮ ਹੜਤਾਲ 'ਤੇ ਬਹਿ ਗਏ। ਅਸੀਂ ਇੱਕ ਮਹੀਨਾ ਪਹਿਲਾਂ ਸਰਕਾਰ ਨੂੰ ਨੋਟਿਸ ਦਿੱਤਾ ਸੀ ਇਸ ਹੜਤਾਲ ਦਾ, ਪਰ ਉਹ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਫਤੂਰ ਆ ਕਿ ਉਹਨਾਂ ਨੇ ਸਾਨੂੰ ਇੱਕ ਮਹੀਨੇ ਦੇ ਵਿੱਚ ਵੀ ਮੀਟਿੰਗ ਲਈ ਨਹੀਂ ਬੁਲਾਇਆ। ਸੋ ਅਸੀਂ ਇਹਨਾਂ ਨੂੰ ਇਹੀ ਗੱਲ ਕਹੀ ਆ ਕਿ ਚੱਲਦੀ ਹੜਤਾਲ ਸਾਡੇ ਨਾਲ ਗੱਲਬਾਤ ਕਰੋ, ਸਾਡੀਆਂ ਮੰਗਾਂ ਦਾ ਹੱਲ ਕਰੋ ਅਤੇ ਅਸੀਂ ਹੜਤਾਲ ਖਤਮ ਕਰ ਦਿੰਦੇ ਹਾਂ। ਚਾਹੇ ਉਹ ਬਿਜਲੀ ਦੀ ਸਬਸਿਡੀ ਹੋਵੇ, ਚਾਹੇ ਔਰਤਾਂ ਦਾ ਕਿਰਾਇਆ ਫ੍ਰੀ ਕੀਤਾ ਹੋਵੇ, ਉਹ ਸਾਡੀ ਕੌਮ ਨੂੰ ਜਿਹੜੀ ਹੈਗੀ ਨਿਕੰਮੇ ਕਰ ਰਹੇ ਨੇ। ਸੋ ਅਸੀਂ ਤਾਂ ਇਸ ਚੀਜ਼ ਜਿਹੜੀ ਸਬਸਿਡੀਆਂ ਨੇ ਇਹਨਾਂ ਦਾ ਪੂਰਨ ਤਰ੍ਹਾਂ ਤੇ ਇਹਨਾਂ ਵਿਰੋਧ ਕਰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਸਬਸਿਡੀ ਨਹੀਂ ਹੋਣੀ ਚਾਹੀਦੀ। PRTC ਤੇ ਪਨਬੱਸ ਦੇ ਕੱਚੇ ਮੁਲਾਜ਼ਮ ਪਿਛਲੇ 2 ਦਿਨਾਂ ਤੋਂ ਸੰਗਰੂਰ ਬੱਸ ਸਟੈਂਡ ਦੇ ਵਿੱਚ ਆਪਣੀ ਪੱਕਾ ਧਰਨਾ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਟੈਂਟ ਲਗਾ ਕੇ ਇਹਨਾਂ ਯੂਨੀਅਨ ਵੱਲੋਂ ਪੱਕਾ ਜਿਹੜਾ ਮੋਰਚਾ ਲਗਾਇਆ ਗਿਆ ਹੈਗਾ। ਆਪਣੀਆਂ ਮੰਗਾਂ ਨਾ ਮੰਨਦਿਆਂ ਚੱਲਦੇ ਅੱਜ ਸਵੇਰੇ ਹੀ ਯੂਨੀਅਨ ਵੱਲੋਂ ਸੰਗਰੂਰ ਬੱਸ ਸਟੈਂਡ ਦਾ ਗੇਟ ਬੰਦ ਕਰਕੇ ਪੂਰਨ ਤੌਰ 'ਤੇ ਜਿਹੜਾ ਅੰਦਰ ਬੱਸਾਂ ਦਾ ਆਉਣਾ ਬੰਦ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਜਿਹੜੀਆਂ ਬੱਸਾਂ ਨੇਗੀਆਂ ਉਹ ਸੰਗਰੂਰ ਬੱਸ ਸਟੈਂਡ ਦੇ ਬਾਹਰ ਖੜੀਆਂ ਨੇਗੀਆਂ ਸਾਰੀਆਂ, ਅਤੇ ਜਿਹੜੀਆਂ ਸਵਾਰੀਆਂ ਨੇ ਉਹ ਬਾਹਰੋਂ ਹੀ ਆਪਣੀਆਂ ਬੱਸਾਂ ਲੈ ਰਹੀਆਂ ਨੇ। ਜਿਹੜੇ ਮੁਸਾਫਿਰ ਨੇ ਉਹ ਬਾਹਰੋਂ ਹੀ ਬੱਸਾਂ ਲੈ ਰਹੇ ਨੇ, ਅਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਜਿਹੜੇ ਮੁਸਾਫਿਰ ਨੇ ਕਿਸ ਤਰ੍ਹਾਂ ਆਪਣੇ ਜਿਹੜੀਆਂ ਬੱਸਾਂ ਨੇ ਉਹ ਬਾਹਰੋਂ ਲੈ ਰਹੇ ਨੇਗੇ। ਇੱਕ ਵੱਡੀ ਜਿਹੜੀ ਭੀੜ ਹੈ ਬੱਸਾਂ ਦੀ ਬਾਹਰ ਰੋਡ ਦੇ ਉੱਪਰ ਲੱਗੀ ਹੋਈ ਹੈਗੀ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ PRTC ਤੇ ਪਨਬੱਸ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕਾ ਕਰਨ ਨੂੰ ਲੈ ਕੇ ਨਵੀਆਂ ਭਰਤੀਆਂ ਕੱਢਣ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇਗੇ। ਸਾਡੇ ਨਾਲ ਯੂਨੀਅਨ ਦੇ ਪੰਜਾਬ ਦੇ ਆਗੂ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਆ। ਸਰ, ਕਿਸ ਤਰ੍ਹਾਂ ਦਾ ਕੋਈ ਸਰਕਾਰ ਨਾਲ ਰਾਬਤਾ ਹੋ ਰਿਹਾ ਹਾਲ ਤੱਕ? ਅਸੀਂ 6 ਤਰੀਕ ਤੋਂ ਜਿਹੜੀ ਅਣਮਿੱਥੇ ਸਮੇਂ ਦੀ ਹੜਤਾਲ ਕਰ ਰਹੇ ਹਾਂ। ਇਹ ਨਹੀਂ ਆ ਕਿ ਅਸੀਂ ਇੱਕੋ ਦਮ ਹੜਤਾਲ 'ਤੇ ਬਹਿ ਗਏ। ਅਸੀਂ ਇੱਕ ਮਹੀਨਾ ਪਹਿਲਾਂ ਸਰਕਾਰ ਨੂੰ ਨੋਟਿਸ ਦਿੱਤਾ ਸੀ ਇਸ ਹੜਤਾਲ ਦਾ, ਪਰ ਉਹ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਫਤੂਰ ਆ ਕਿ ਉਹਨਾਂ ਨੇ ਸਾਨੂੰ ਇੱਕ ਮਹੀਨੇ ਦੇ ਵਿੱਚ ਵੀ ਮੀਟਿੰਗ ਲਈ ਨਹੀਂ ਬੁਲਾਇਆ। ਜਦੋਂ 6 ਤਰੀਕ ਨੂੰ ਅਸੀਂ ਹੜਤਾਲ 'ਤੇ ਬਹਿ ਜਾਂਦੇ ਹਾਂ, ਅਸੀਂ ਐਲਾਨ ਕੀਤਾ ਸੀ ਕਿ 7 ਤਰੀਕ ਨੂੰ ਜਿਹੜਾ ਸਿਸਵਾ ਫਾਰਮ ਹਾਊਸ ਆ ਮੁੱਖ ਮੰਤਰੀ ਪੰਜਾਬ ਦਾ, ਉਹਦਾ ਘਿਰਾਓ ਕਰਾਂਗੇ। ਤਾਂ ਮੋਹਾਲੀ ਪ੍ਰਸ਼ਾਸਨ ਸਾਡੇ ਨਾਲ ਰਾਬਤਾ ਕਾਇਮ ਕਰਦਾ, SSP ਮੋਹਾਲੀ ਜ਼ਿੰਮੇਵਾਰੀ ਚੱਕਦੇ ਨੇ ਕਿ ਮੈਂ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਵਾਂਗਾ। 8 ਤਰੀਕ ਨੂੰ ਕੱਲ੍ਹ ਜਦੋਂ ਅਸੀਂ ਉੱਥੇ ਜਾਂਦੇ ਹਾਂ ਤਾਂ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਹਮੇਸ਼ਾ ਦੀ ਤਰ੍ਹਾਂ ਵਾਅਦੇ ਤੋਂ ਭੱਜ ਗਏ ਅਤੇ ਮੀਟਿੰਗ ਵਿੱਚ ਨਹੀਂ ਬੈਠੇ। ਉਹਨਾਂ ਨੇ ਮੀਟਿੰਗ ਦੇ ਵਿੱਚ ਪ੍ਰਮੁੱਖ ਸਕੱਤਰ ਨੂੰ ਬਿਠਾਇਆ। ਉਹ ਮੀਟਿੰਗ ਜਿਹੜੀ ਸੀ ਅੱਧੇ ਘੰਟੇ ਦੇ ਵਿੱਚ ਨਿਬੜ ਜਾਂਦੀ ਆ ਅਤੇ ਬੇਸਿੱਟਾ ਰਹਿੰਦੀ ਆ, ਕਿਉਂਕਿ ਉਹ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਹੜਤਾਲ ਖੋਲ੍ਹ ਕੇ ਸਾਡੇ ਕੋਲ ਆਓ, ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਪਰ ਅਸੀਂ ਇਹ ਧੋਖਾ ਜਿਹੜਾ ਪਹਿਲਾਂ ਵੀ ਬਹੁਤ ਵਾਰ ਖਾ ਚੁੱਕੇ ਹਾਂ ਕਿ ਅਸੀਂ ਇਹਨਾਂ ਦੀ ਮੀਟਿੰਗ ਦਾ ਜਿਹੜਾ ਲਾਰਾ ਲੈ ਕੇ ਹੜਤਾਲ ਖੋਲ੍ਹ ਦਿੰਦੇ ਹਾਂ ਅਤੇ ਫਿਰ ਇਹ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਸੋ ਅਸੀਂ ਇਹਨਾਂ ਨੂੰ ਇਹੀ ਗੱਲ ਕਹੀ ਆ ਕਿ ਚੱਲਦੀ ਹੜਤਾਲ ਸਾਡੇ ਨਾਲ ਗੱਲਬਾਤ ਕਰੋ, ਸਾਡੀਆਂ ਮੰਗਾਂ ਦਾ ਹੱਲ ਕਰੋ ਅਤੇ ਅਸੀਂ ਹੜਤਾਲ ਖਤਮ ਕਰ ਦਿੰਦੇ ਹਾਂ। ਕਿਵੇਂ ਦੇਖ ਰਹੇ ਹੋ ਕਿ 2022 ਦੀਆਂ ਇਲੈਕਸ਼ਨ ਨੇੜੇ ਨੇ, ਹਰ ਪਾਰਟੀ ਨਵੇਂ ਵਾਅਦੇ ਲੈ ਕੇ ਆ ਰਹੀ ਆ, ਪਰ ਦੂਜੇ ਪਾਸੇ ਹਰ ਵਰਗ ਹੈ ਜਿਹੜਾ ਉਹ ਧਰਨੇ ਲਾ ਰਿਹਾ ਸੜਕਾਂ ਦੇ ਉੱਪਰ। ਜੇਕਰ ਗੱਲ ਸੰਗਰੂਰ ਦੀ ਕਰੀਏ ਤਾਂ ਇੱਥੇ 5 ਪੱਕੇ ਮੋਰਚੇ ਲੱਗੇ ਹੋਏ ਨੇ, ਕਿਉਂਕਿ ਤੁਹਾਡੇ ਵੱਲੋਂ ਵੀ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈਗਾ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖੋ ਕਿ ਸਰਕਾਰ ਹਾਲ ਤੱਕ ਆਪਣੇ ਵਾਅਦੇ ਪੂਰੇ ਤੱਕ ਨਹੀਂ ਕਰ ਸਕੀ? ਜਦੋਂ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣਾ ਸੀ 2016 ਦੇ ਵਿੱਚ, ਇਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਸੀਗਾ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ, ਕੈਪਟਨ ਅਮਰਿੰਦਰ ਸਿੰਘ ਪਵਿੱਤਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਂਦੇ ਨੇ ਕਿ ਮੈਂ ਘਰ ਘਰ ਨੌਕਰੀ ਦਿਆਂਗਾ, ਪੰਜਾਬ 'ਚੋਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗਾ ਅਤੇ ਜਿੰਨੇ ਵੀ ਮਹਿਕਮਿਆਂ ਦੇ ਵਿੱਚ ਕੱਚੇ ਕਾਮੇ ਨੇ ਉਹਨਾਂ ਦੀਆਂ ਨੌਕਰੀਆਂ ਨੂੰ ਰੈਗੂਲਰ ਕੀਤਾ ਜਾਊਗਾ। ਪਰ ਅੱਜ ਤਕਰੀਬਨ 4.5 ਸਾਲ ਬੀਤ ਗਏ ਨੇ, ਸੰਗਰੂਰ ਦੀ ਹਰ ਗਲੀ ਮੋੜ 'ਤੇ ਚਿੱਟਾ ਸ਼ਰੇਆਮ ਵਿਕ ਰਿਹਾ, ਜਿਵੇਂ ਸ਼ਰਾਬ ਦੇ ਠੇਕੇ ਖੁੱਲ੍ਹੇ ਨੇ ਇਸੇ ਤਰ੍ਹਾਂ ਚਿੱਟਾ ਵਿਕ ਰਿਹਾ। ਅਤੇ ਇਹ ਦਾਅਵਾ ਕਰਦੇ ਨੇ ਕਿ ਅਸੀਂ ਘਰ ਘਰ ਨੌਕਰੀ ਦਿੱਤੀ ਆ, ਨੌਕਰੀਆਂ ਦੇਣ ਦੇ ਨਾਂ 'ਤੇ ਰੁਜ਼ਗਾਰ ਮੇਲੇ ਲਾਏ ਜਾਂਦੇ ਨੇ ਜਿੱਥੇ B.TECH ਪਾਸ ਨੌਜਵਾਨਾਂ ਨੂੰ 8-8, 10-10 ਹਜ਼ਾਰ ਦੀਆਂ ਨੌਕਰੀਆਂ ਔਫਰ ਕੀਤੀਆਂ ਜਾਂਦੀਆਂ ਨੇ। ਅਤੇ ਜੇ ਗੱਲ ਕਰੀਏ ਕੱਚੇ ਕਾਮਿਆਂ ਦੀ, ਤਾਂ 4.5 ਸਾਲਾਂ ਦੇ ਵਿੱਚ 1 ਕੱਚੇ ਕਾਮੇ ਨੂੰ ਰੈਗੂਲਰ ਨਹੀਂ ਕੀਤਾ ਗਿਆ। ਸੋ ਇਸ ਕਰਕੇ ਜਿਹੜਾ ਸਮੁੱਚਾ ਮੁਲਾਜ਼ਮ ਵਰਗ ਆ ਉਹ ਸੜਕਾਂ ਦੇ ਉੱਤੇ ਆ। ਕੱਚੇ ਮੁਲਾਜ਼ਮ ਜਿਹੜੇ, ਹੁਣ ਦੇਖੋ ਕਿੰਨੀ ਉਹਨਾਂ ਨੂੰ ਤਨਖਾਹ ਮਿਲਦੀ ਹੈ, ਕਿਸ ਤਨਖਾਹ ਤੱਕ ਉਹ ਗੁਜ਼ਾਰਾ ਕਰ ਰਹੇ ਨੇ? ਜੇ ਗੱਲ ਕਰੀਏ PRTC ਦੀ, ਤਾਂ ਕੱਚੇ ਜਿਹੜਾ ਕੰਡਕਟਰ ਆ ਉਹਦੀ ਤਨਖਾਹ 8200, ਡਰਾਈਵਰ ਦੀ 9200 ਆ, ਅਤੇ ਜਿੱਥੇ ਇੱਕ ਜਿਹੜਾ ਸਾਡਾ MLA ਆ, ਮਾਣਯੋਗ MLA ਨੇ, ਉਹਨਾਂ ਨੂੰ 15000 ਰੁਪਇਆ ਅੱਜ ਦੇ ਦਿਨ ਵਿੱਚ ਮੋਬਾਈਲ ਭੱਤਾ ਮਿਲਦਾ, ਜਦਕਿ 500 ਰੁਪਏ ਦਾ ਰਿਚਾਰਜ ਕਰਾ ਕੇ 3 ਮਹੀਨਿਆਂ ਲਈ ਅਨਲਿਮਿਟਡ ਕਾਲਿੰਗ ਆ, ਅਤੇ ਉਹਨਾਂ ਨੂੰ 15-15 ਹਜ਼ਾਰ ਜਿਹੜਾ ਮੋਬਾਈਲ ਭੱਤਾ ਦਿੱਤਾ ਜਾ ਰਿਹਾ। ਇੱਥੇ ਜਿਹੜੇ ਦਿਨ ਰਾਤ ਡਿਊਟੀਆਂ ਕਰਦੇ ਨੇ ਮੁਲਾਜ਼ਮ, ਉਹਨਾਂ ਨੂੰ 10-10, 12-12 ਹਜ਼ਾਰ ਦੀਆਂ ਨਿਗੂਣੀਆਂ ਤਨਖਾਹਾਂ ਮਿਲ ਰਹੀਆਂ।
ने। सरकार वादे करती है कि बिजली माफ़ कर दी जाएगी, आटा दाल स्कीम के वादे दिए जाते हैं, पर दूजे पास जो नौजवान ने जो कच्चे मुलाजम ने पक्के रुजगार की मांग कर रहे हैं। किमें देखते हो भी एक पास का वादे वो किए जा रहे हैं भी लोगों उन्होंने चीज़ों उपर लाया जा रहा, पर जो पक्के रुजगार ने जोड़ा बेरोजगारी लगातार वही जा रही हैगी, नौजवानों रुजगार नहीं वो सड़कों पर ने गे, सरकार के इन वादों को किस तरह देखते हो? देखो सरकार का जो मंतव आ गई, ये साढ़े पंजाबी एक समा सी कि पंजाब नूं अणखीली कौम कहा जाता सी, पर इन्होंने साड़ी कौम नूं मंगते बना के धरता गा। आटा दाल स्कीम चाहे वह बिजली की सबसिडी होवे, चाहे औरतों का किराया फ्री किया होवे, वह साड़ी कौम नूं जिहड़ी हैगी निकम्मे कर रहे हैं। सो असी तां इस चीज़ दी सबसिडियां ने इन्हां दा पूर्ण तरह से इन्हों विरोध करते हैं कि किसी तरह की कोई सबसिडी नहीं होनी चाहिए। तुसीं नौजवानों को रुजगार दिओ, जो एक बंदा अपना रुजगार कमाएगा वो वधिया तनखा लेगा तो अपने खर्चे चक सकता है, पर इन्हां दा मकसद ही ये आ साडी सिक्ख्या नीति जिहड़ी आ गई उहदा इन्ना बुरा हाल करता कि अज की डेट के विच ये नहीं चाहते कि कोई बच्चा पढ़ लिख के सानू सवाल करे। सिक्ख्या नीति साडी खत्म करती आ, साडे जिहड़े अपने पंजाब के लोग ने उन्हां नूं इन्हां ने सबसिडियां दे लालच ते ला रख्या है, उन्हां नूं अपना गुलाम बना रहे हैं। सो ये सबसिडियां बिल्कुल बंद होनिया चाहीदियां ने, नौजवानों को जिहड़ा बनता रुजगार आ उसकी काबिलियत के हिसाब नाल रुजगार मिलना चाहिए। जेकर मंगा ना मनी गई अगला प्रोग्राम यूनियन का की होगा? देखो असी 6 तरीक तो जो घरों तुरे सीगे तो अपने कपड़े तो अपने बर्तन नाल लैके तुरे हाँ, घर दस के आए हाँ कि तुम ये सोच लो कि असी बार्डर से लड़ाई लड़न चले हाँ, असी अपने आप में एक फर घर दस के आए हाँ कि हुण जदों मुड़ांगे उदों ही मुड़ांगे जदों साडियां मंगां दा कोई हल हो जाएगा। हुण असी 6 तरीक तो हड़ताल ते हाँ, अज तुसीं 4 से 6 घंटे लई बस स्टैंड बंद करने ने, कल सिसवा फार्म हाउस का घराव करांगे, तो उस तो बाद जेकर कोई ना हल होया तो असी पंजाब का कोई GT रोड जिहड़ा गा उहनूं पक्के तौर पर बंद करके बैठांगे। सो नेतावां का कहना है कि जेकर उन्हां दीआं मंगां नहीं मन्नियां जांदियां तां उन्हां वल्लों सिसवा फार्म का कल नूं घराओ किया जाएगा। तस्वीरां 'च तुसीं साफ देख सकदे हो कि वड्डी गिणती जिहड़े कच्चे मुलाजम ने गे वह पक्की हड़ताल के उपर ने गे, अपनियां मंगां ना मन्नण दे चलदे दूजे पासे सरकार नाल मीटिंगां दा सिलसिला जारी है, पर उन्हां दीआं मंगां दा हल निकलदा नज़र नहीं आ रहा। हुण देखना यह होगा कि सरकार 2022 की इलैक्शन नूं लैके लगातार हर पार्टी वादे कर रही है, पर जिहड़े कच्चे मुलाजम ने जिहड़ा हर वर्ग अपनी मंगां नूं लैके सड़कां ते है उन्हां दे वादे कदों पूरे हुंदे ने। NZ पंजाबी देख रहे हो तुसीं, मैं कुलवीर सिंह नमोल संगरूर।